ਹੁਣ ਬੇਅਦਬੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਏਗਾ ਉਹਨਾਂ ਦੇ ਉੱਪਰ ਸਰਕਾਰ ਆਪਣਾ ਸ਼ਿਕੰਜਾ ਕਸਣ ਦੀ ਪੂਰੀ ਤਿਆਰੀ ਕਰ ਰਹੀ ਹੈ ਜੀ ਹਾਂ ਬੀਤੇ ਦਿਨੀ ਵਿਧਾਨ ਸਭਾ ਦੇ ਵਿੱਚ ਇੱਕ ਭਾਸ਼ਣ ਦਿੱਤਾ ਜਾਂਦਾਗਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਵੱਲੋਂ ਜਿੱਥੇ ਕਿ ਉਹਨਾਂ ਦੇ ਵੱਲੋਂ ਕਿਹਾ ਗਿਆਗਾ ਕਿ ਹੁਣ ਬੇਅਦਬੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਏਗਾ ਤੇ ਉਹਨਾਂ ਦੇ ਉੱਪਰ ਜਲਦ ਤੋਂ ਜਲਦ ਬਹੁਤ ਹੀ ਜੋ ਤਕੜੇ ਤਰੀਕੇ ਦੇ ਨਾਲ ਸਰਕਾਰ ਤਿਆਰੀ ਕਰ ਰਹੀ ਹੈਗੀ ਅਤੇ ਉਹਨਾਂ ਦੇ ਉੱਪਰ ਜਲਦ ਹੀ ਸ਼ਿਕੰਜਾ ਕਸਿਆ ਜਾਏਗਾ ਤੇ ਮੁੜ ਤੋਂ ਕੋਈ ਵੀ ਅਜਿਹੀਆਂ ਬੇਅਦਬੀ ਦੀਆਂ ਘਟਨਾਵਾਂ ਕਰਨ ਦੀ ਵਾਰਦਾਤ ਨੂੰ ਅੰਜਾਮ ਨਹੀਂ ਦੇ ਸਕੇਗਾ ਚਾਹੇ ਉਹ ਕਿਸੇ ਵੀ ਧਰਮ ਦੀ ਬੇਅਦਬੀ ਕਰਦਾ ਹੋਵੇ ਉਹਨਾਂ ਦੇ ਉੱਪਰ ਸਰਕਾਰ ਜਲਦ ਤੋਂ ਜਲਦ ਇੱਕ ਸ਼ਿਕੰਜਾ ਕਸਣ ਦੀ ਤਿਆਰੀ ਕਰ ਰਹੀ ਹੈ ਜੀ ਹਾਂ ਦੱਸ ਦਈਏ ਕਿ ਪਿਛਲੇ ਲੰਮੇ ਸਮੇਂ ਤੋਂ ਕਈ ਚਿਰਾਂ ਤੋਂ ਬੇਅਦਬੀ ਦੀਆਂ ਘਟਨਾਵਾਂ ਆਮ ਵਾਪਰ ਰਹੀਆਂ ਨੇ ਜਿਸ ਤੋਂ ਬਾਅਦ ਕਿ ਮੋਹਾਲੀ ਦੇ ਵਿੱਚ ਵੀ ਜੋ ਬੇਅਦਬੀ ਦੇ ਇਨਸਾਫ ਨੂੰ ਲੈ ਕੇ ਲਗਾਤਾਰ ਧਰਨੇ ਦੇ ਉੱਪਰ ਲੋਕ ਬੈਠ ਰਹੇ ਨੇ ਸ਼ਰਧਾਲੂ ਬੈਠ ਰਹੇ ਨੇ ਅਤੇ ਉਹਨਾਂ ਦੇ ਵੱਲੋਂ ਇਹੀ ਕਿਹਾ ਗਿਆ ਗਾ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਏ ਅਤੇ ਇਹਨਾਂ ਦੇ ਉੱਪਰ ਕਾਨੂੰਨ ਬਣਾਇਆ ਜਾਵੇ ਜਿੱਥੇ ਕਿ ਭਗਵੰਤ ਸਿੰਘ ਮਾਨ ਦੇ ਵੱਲੋਂ ਬੀਤੇ ਦਿਨੀ ਵਿਧਾਨ ਸਭਾ ਦੇ ਵਿੱਚ ਇੱਕ ਭਾਸ਼ਣ ਦਿੱਤਾ ਜਾਂਦਾ ਜਿੱਥੇ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਗਾ ਕਿ ਸਰਕਾਰ ਹੁਣ ਜਲਦ ਤੋਂ ਜਲਦ ਇਸ ਜੋ ਕਾਨੂੰਨ ਬਣਾਏਗੀ ਇੱਕ ਕਾਨੂੰਨ ਬਣਾਏਗੀ ਜਾਏਗੀ ਜਿਸ ਦੇ ਤਹਿਤ ਬੇਅਦਬੀ ਕਰਨ ਵਾਲਿਆਂ ਨੂੰ ਘੱਟੋ ਘੱਟ ਫਾਂਸੀ ਦੀ ਸਜ਼ਾ ਦਿੱਤੀ ਜਾਵੇਗੀ ਅਤੇ ਨਾਲ ਹੀ 20 ਸਾਲ ਦੀ ਕੈਦ ਦੀ ਸਜ਼ਾ ਵੀ ਉਸਨੂੰ ਸੁਣਾਈ ਜਾਏਗੀ ਅਜਿਹਾ ਭਗਵੰਤ ਸਿੰਘ ਮਾਨ ਦੇ ਵੱਲੋਂ ਭਰੇ ਵਿਧਾਨ ਸਭਾ ਦੇ ਵਿੱਚ ਕਿਹਾ ਗਿਆ ਗਾ ਅਤੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜਲਦ ਤੋਂ ਜਲਦ ਸਰਕਾਰ ਆਪਣੇ ਇਸ ਫੈਸਲੇ ਦੇ ਆਪਣੇ ਇਸ ਵਾਅਦੇ ਨੂੰ ਜਲਦ ਤੋਂ ਜਲਦ ਪੂਰਾ ਕਰੇਗੀ ਉਹ ਸਾਨੂੰ ਅਸੀਂ ਵਾਅਦਾ ਕੀਤਾ ਸੀ ਕਿ ਗੁਰੂ ਸਾਹਿਬ ਦੇ ਜਿਹੜੇ ਦੋਸ਼ੀ ਨੇ ਗੁਰੂ ਸਾਹਿਬ ਦੇ ਜਿਹੜੀ ਉਹਦੀ ਉਹਨਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦੇਵਾਂਗੇ ਹਾਲਾਂਕਿ ਅਸੀਂ ਸਜ਼ਾ ਦੇਣ ਵਾਲੇ ਕੋਈ ਵੀ ਨਹੀਂ ਹੁੰਦੇ ਜੀ ਤੋਂ ਅਸੀਂ ਜਾ ਕੇ ਹਰ ਰੋਜ਼ ਆਸ਼ੀਰਵਾਦ ਲੈਂਦੇ ਹਾਂ ਕਿ ਗੁਰੂ ਸਾਹਿਬ ਸਾਡੇ ਪਰਿਵਾਰ ਦੀ ਰੱਖਿਆ ਕਰੀ ਉਹ ਆਪਣੀ ਰੱਖਿਆ ਕਰਨੀ ਵੀ ਜਾਣਦਾ ਮੈਂ ਕਹਿੰਦਾ ਰਿਹਾ ਸਟੇਜਾਂ 'ਤੇ ਕਿ ਸਜ਼ਾ ਜ਼ਰੂਰ ਮਿਲੂਗੀ ਐਸ ਕਚਹਿਰੀ 'ਚ ਵੱਡੇ ਵਕੀਲ ਕਰ ਲਉਂਗੇ ਜਾਂ ਐਸ ਕਚਹਿਰੀ 'ਚ ਕੁਛ ਹੋਰ ਕਰ ਲਉਂਗੇ ਪਰਮਾਤਮਾ ਦੀ ਕਚਹਿਰੀ 'ਚ ਤਾਂ ਨਹੀਂ ਬਚ ਸਕਦੇ ਸੋ ਮੈਂ ਕਹਿੰਦਾ ਰਿਹਾ ਕਿ ਜਿੰਨਾ ਕੁ ਸਾਡੇ ਵੱਸ ਹੋਇਆ ਸੀ ਗੁਰੂ ਸਾਹਿਬ ਦੇ ਇਹ ਦੋਸ਼ੀਆਂ ਨੂੰ ਜਿਹੜਾ ਉਹ ਇੱਕ ਉਹ ਉਹਨਾਂ ਦੇ ਨਾਮ ਨਸਰ ਕਰਾਂਗੇ ਅਦਾਲਤਾਂ 'ਤੇ ਛੱਡਾਂਗੇ ਕਿ ਫੈਸਲਾ ਹੋ ਜੇ ਅਤੇ ਸਰ ਪੰਜਾਬ ਦੀ ਸਰਕਾਰ ਨੇ ਬਿਲਕੁਲ ਨਵੇਂ ਤਰੀਕੇ ਨਾਲ ਇੱਕ ਵਿਗਾੜਿਆ ਹੋਇਆ ਕੇਸ ਜਮਾਂ ਹੀ ਮਤਲਬ ਜਿਹਦੇ ਵਿੱਚ ਸਮਝ ਲਓ ਨਿਚੋੜਿਆ ਹੋਇਆ ਨਿੰਬੂ ਸੀ ਉਹਦੇ ਵਿੱਚ ਅਸੀਂ ਆਪਣੀ ਹਿੰਮਤ ਨਾਲ ਗੁਰੂ ਸਾਹਿਬ ਪ੍ਰਤੀ ਸਾਡੀ ਸ਼ਰਧਾ ਨਾਲ ਸੰਗਤਾਂ ਦੇ ਆਸ਼ੀਰਵਾਦ ਨਾਲ ਅਸੀਂ ਉਹਨੂੰ ਕੇਸ ਨੂੰ ਰੀਰਾਈਟ ਕਰਕੇ 7000 ਪੰਨਿਆਂ ਦਾ ਅਸੀਂ ਜਿਹੜਾ ਚਲਾਨ ਪੇਸ਼ ਕੀਤਾ ਔਰ ਉਹਦੇ ਵਿੱਚ ਜਿਹੜੇ ਮਾਸਟਰ ਮਾਈਂਡ ਨੇ ਉਹਨਾਂ ਦਾ ਨਾਮ ਸੁਣਦੇ ਹੀ ਵੱਡੇ ਵੱਡੇ ਕੰਮ ਜਾਂਦੇ ਨਾ ਯਾਰ ਇਹਨਾਂ ਨਾਲ ਪੰਗਾ ਨਾ ਲਓ ਪਰ ਨਹੀਂ ਆਮ ਆਦਮੀ ਪਾਰਟੀ ਹੈ ਮੈਂ ਤੁਹਾਨੂੰ ਫਿਰ ਦੱਸਿਆ ਕਿ ਅਸੀਂ ਦੋਸ਼ੀਆਂ ਨੂੰ ਛੱਡਣ ਵਾਲੇ ਨਹੀਂ ਗੁਰੂ ਸਾਹਿਬ ਦੀ ਜੋ ਬੇਅਦਬੀ ਹੋਈ ਉਹਦੇ ਦੋਸ਼ੀਆਂ ਨੂੰ ਸਜ਼ਾ ਮਿਲੂਗੀ ਤਾਂ ਕਿ ਲੋਕਾਂ ਦੇ ਹਿਰਦਿਆਂ 'ਚ ਥੋੜ੍ਹੀ ਜਿਹੀ ਠੰਡ ਪਵੇ ਥੋੜ੍ਹੇ ਜਿਹੇ ਕਾਲਜੇ ਠਰਨ ਸੋ ਇਹ ਅਸੀਂ ਜਿਹੜਾ ਇਹ ਵੀ ਇੱਕ ਅਸੀਂ ਵਾਅਦਾ ਕੀਤਾ ਸੀ ਗਰੰਟੀ ਤਾਂ ਨਹੀਂ ਦੇ ਸਕਦੇ ਵਾਅਦਾ ਹੀ ਕੀਤਾ ਸੀ ਕਿ ਅਸੀਂ ਇਹ ਕੰਮ ਕਰਾਂਗੇ ਔਰ ਫਿਊਚਰ ਦੇ ਵਿੱਚ ਭਵਿੱਖ ਦੇ ਵਿੱਚ ਵੀ ਕੋਈ ਕਿਸੇ ਵੀ ਧਾਰਮਿਕ ਗ੍ਰੰਥ ਦੀ ਕੋਈ ਬੇਅਦਬੀ ਕਰੇ ਅਸੀਂ ਹੋਮ ਮਿਨਿਸਟਰੀ ਨੂੰ ਲਿਖਿਆ ਕਿ ਉਹਨਾਂ ਨੂੰ ਘੱਟੋ ਘੱਟ ਫਾਂਸੀ ਦੀ ਸਜ਼ਾ ਮੌਤ ਦੀ ਸਜ਼ਾ ਜਾਂ ਫਿਰ 20 ਸਾਲ ਤਾਂ ਪੱਕੀ ਹੋਈ ਹੋਵੇ ਤਾਂ ਕਿ ਕੋਈ ਹਿੰਮਤ ਨਾ ਕਰ ਸਕੇ ਕਿਸੇ ਵੀ ਧਰਮ ਦੇ ਗ੍ਰੰਥ ਵੱਲ ਕੋਈ ਬੁਰੀ ਨਜ਼ਰ ਨਾਲ ਦੇਖਣ ਦੀ ਜਾਂ ਉਹਦੀ ਬੇਅਦਬੀ ਕਰਨ ਦੀ ਅਤੇ ਮੈਂ